ਮੇਰਾ ਲੜਕਾ ਸੀਗਾ ਉਸ ਨੂੰ ਉਹਨੇ ਮੈਨੂੰ ਕਿਹਾ ਕਿ ਮੈਨੂੰ ਮੋਟਰਸਾਈਕਲ ਦੇ। ਮੈਂ ਕਿਹਾ ਮੋਟਰਸਾਈਕਲ ਦੇ ਕੇ ਜੇ ਤੂੰ ਉੱਥੇ ਦਾਖਲਾ ਲੈ ਲੇਗਾ ਤਾਂ ਮੈਂ ਤੈਨੂੰ ਮੋਟਰਸਾਈਕਲ ਲੈ ਦਿਆਂਗਾ। ਉੱਥੇ ਉਹਦਾ ਦਾਖਲਾ ਹੋ ਗਿਆ ਅਤੇ ਮੈਂ ਕਿਹਾ ਮੈਂ ਤੈਨੂੰ ਪੈਸੇ ਜਮ੍ਹਾਂ ਕਰਵਾ ਦਿੰਦਾ ਪਰੰਤੂ ਲਈ ਉਦੋਂ ਜਦੋਂ ਇਹ ਕੰਪਲੀਟ ਹੋ ਜਾਏਗਾ। ਉਹਨੂੰ ਮੈਂ ਪੈਸੇ ਉਹਦੇ ਜਮ੍ਹਾਂ ਕਰਵਾ ਦਿੱਤੇ ਜਿਨ੍ਹਾਂ ਦਾ ਮੋਟਰਸਾਈਕਲ ਆਉਂਦਾ ਸੀਗਾ ਅਤੇ ਬਈ ਇਹ ਤੇਰੇ। ਉਸ ਤੋਂ ਬਾਅਦ ਉਹ ਭੁੱਲ ਹੀ ਗਿਆ ਕਿ ਮੈਨੂੰ ਮੋਟਰਸਾਈਕਲ ਚਾਹੀਦਾ ਕਿਉਂਕਿ ਹੋਸਟਲ ਵਿੱਚ ਰਹਿੰਦਾ ਸੀ ਦਿੱਲੀ ਦੇ ਵਿੱਚ ਅਤੇ ਉੱਥੇ ਪੈਦਲ ਹੀ ਲੋਕ ਜਾਂਦੇ ਸੀ ਪੈਦਲ ਹੀ ਆਉਂਦੇ ਸੀ ਵਿਦਿਆਰਥੀ ਜਿਹੜੇ ਸੀਗੇ। ਸੋ ਪੈਸੇ ਦੇਣ ਦੇ ਨਾਲ ਉਸਦੀ ਸੋਚ ਦਾ ਪੱਧਰ ਉੱਚਾ ਹੋ ਜਾਂਦਾ।